हाँ जी, नौवीं जमात के प्यारे विद्यार्थियों, टेस्ट दे लिए तैयार हो? शाबाश। सब तो पहला इंद्रजीत, समा कविता किस दी लिखी है? हाँ, इसी तरह ही बोलना भी उच्ची, ठीक है। बाकी विद्यार्थी भी जड़े होर स्कूलों च पढ़ते हैं, उन्होंने भी थोड़िया वीडियो देखनी है, तो उन्होंने पूरी वधिया आवाज़ भी सुनी थोड़ी, तो तुम अपनी वीडियो आप भी जो देखोगे तो जिन्हें विद्यार्थियों तो आप सुनना सारे दे सवाल बाकियों के भी तुम याद करने हैं। जरूरी नहीं कि जो सवाल थोड़े तो आ गया वो सही जावड़िया तो बाकी नहीं सुनने, बाकी भी ध्यान ना सुनने कल कल विद्यार्थी तो। अगला सवाल देखो, अमृतपाल बिनाफशा का फुल टुकड़ी जग तो न्यारी कवितावान किस लेखक दियां हन? शाबाश भाई वीर सिंह। लापरीत, आधुनिक काव आ जो इसका मोढ़ी किसू मनिया जाता? भाई वीर सिंह। हाँ आकाशदीप, वसाखी का मेला अते वहिंदा जाए कवितावान किस दियां हन? हाँ उच्ची बोलो भी, धनी राम चात्रिक। आकाशदीप बड़ा होशियार बच्चा। हरविंदर, जीवन जोत किस दी कविता है? धनी राम चात्रिक, ठीक है हरविंदर। पूजावत, अगे देखो, जवान पंजाब दे अते खूह उत्ते कवितावां किस दियां हन? प्रोफेसर पूरन सिंह। शाबाश। अगे देखो, पंजाब दे मंजूर कविता किस दी है? ज्योति। प्रोफेसर पूरन सिंह। हाँ प्रोफेसर पूरन सिंह। अगे देखो पूजा, एक प्याला पानी अते गलत फहमिया कवितावां किस दियां हन? चरण सिंह शहीद। चरण सिंह शहीद दियां कवितावां तुसीं पढ़दे हो, इन्हां दियां कवितावां दे नाम तो पता लग जांदा हास व्यंग वाले कवि है, हासे मजाक वाली कविता लिखते हैं जिहदे विच निक्का मोटा हासा भी हुंदा ते उद्देश भी बड़े वड्डे वड्डे हुंदे आ, ठीक है। अगे जशनदीप, वगदे पाणी अते फकीर दी सदा कवितावां ते नाल एक होर कविता भगत नूं, ਇਹ ਕਿਸ ਕਵੀ ਦੀਆਂ ਕਵਿਤਾਵਾਂ? ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਇਹਨਾਂ ਨੂੰ ਜਪਾਨੀਆਂ ਨੇ ਸ਼ਹੀਦ ਕਰ ਦਿੱਤਾ ਸੀ, ਠੀਕ ਹੈ। ਕਾਲੇ ਪਾਣੀ ਦੀ ਸਜ਼ਾ ਮਿਲੀ ਹੋਣ ਕਰਕੇ, ਉਹ ਤੁਹਾਨੂੰ ਦੱਸਾਂਗੇ ਕਿ ਕਾਲੇ ਪਾਣੀ ਦੀ ਸਜ਼ਾ ਕੀ ਹੁੰਦੀ ਸੀ, ਉਸ ਕਰਕੇ ਇਹਨਾਂ ਦੇ ਨਾਮ ਦੇ ਜਿਹੜਾ ਕਾਲੇ ਪਾਣੀ ਨਾਮ ਨਾਲ ਲੱਗਦਾ, ਠੀਕ ਹੈ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਹਾਂ ਮਨਪ੍ਰੀਤ, ਮੈਂ ਪੰਜਾਬੀ ਅਤੇ ਮਾਂ ਦਾ ਦਿਲ ਕਵਿਤਾਵਾਂ ਕਿਸ ਦੀਆਂ ਹਨ? ਸ਼ਾਬਾਸ਼ ਪੁੱਤ, ਫਿਰੋਜ਼ਦੀਨ ਸਰਫ। ਅੱਗੇ ਫਿਰ ਆਪਾਂ ਚੱਲਦੇ ਹਾਂ ਇੰਦਰਜੀਤ ਤੋਂ ਸ਼ੁਰੂ ਕਰਦੇ ਹਾਂ। ਹਾਂ ਇੰਦਰਜੀਤ, ਕਿਹੜੀ ਕਵਿਤਾ ਕਿਸ ਦੀ ਲਿਖੀ ਹੈ? ਗੁਰਮੁਖ ਸਿੰਘ ਮੁਸਾਫਰ। ਹਾਂ ਗੁਰਮੁਖ ਸਿੰਘ ਮੁਸਾਫਰ, ਕਵਿਤਾ ਵੀ ਇਹਨਾਂ ਦੀ ਕਿਹੜੀ ਲਿਖੀ ਹੈ? ਕੀੜੀ ਤੁਰਦੀ ਰਹਿੰਦੀ ਹੈ ਨਾ, ਹਮੇਸ਼ਾ ਹੀ ਰੁਕਦੀ ਹੀ ਨਹੀਂ, ਸਫ਼ਰ ਕਰਦੀ ਰਹਿੰਦੀ, ਸਫ਼ਰ ਕਰਦੀ ਰਹਿੰਦੀ, ਅਤੇ ਸਫ਼ਰ ਕੌਣ ਕਰਦਾ ਹੈ? ਮੁਸਾਫਰ, ਗੁਰਮੁਖ ਸਿੰਘ ਮੁਸਾਫਰ। ਵੈਸੇ ਯਾਦ ਰੱਖਣਾ, ਇਹ ਤਾਂ ਕੁਦਰਤੀ ਦਿਮਾਗ 'ਚੋਂ ਨਿਕਲ ਜਾਵੇ ਤਾਂ ਕਰਕੇ ਦੱਸਿਆ ਕਿ ਅੰਦਾਜ਼ਾ ਜਿਹਾ ਆ ਜਾਏਗਾ ਤੁਹਾਨੂੰ, ਠੀਕ ਹੈ। ਇਹਨਾਂ ਉੱਪਰ ਆਪਾਂ ਬਾਅਦ ਚਰਚਾ ਕਰਦੇ ਹਾਂ, ਇੱਕ ਇੱਕ ਸਵਾਲ ਸੁਣ ਲਈਏ ਬਸ ਤੁਹਾਡੇ ਤੋਂ। ਅਗਲਾ ਸਵਾਲ ਹੈ, ਅਰਦਾਸ ਕਵਿਤਾ ਕਿਸ ਲੇਖਕ ਦੀ ਰਚਨਾ ਹੈ? ਗੁਰਮੁਖ ਸਿੰਘ ਮੁਸਾਫਰ। ਗੁਰਮੁਖ ਸਿੰਘ ਮੁਸਾਫਰ। ਅਗਲਾ ਸਵਾਲ ਹੈ, ਨਵੀਂ ਪੁਰਾਣੀ ਤਹਿਜੀਬ ਅਤੇ ਨੌਜਵਾਨ ਹਿੰਦੀ ਨੂੰ ਕਵਿਤਾਵਾਂ ਕਿਸ ਦੀਆਂ ਹਨ? ਸ਼ਾਬਾਸ਼ ਆਕਾਸ਼। ਅੱਗਿਓਂ ਅੱਗੇ ਚੱਲਣਾ ਅਤੇ ਗੁਰੂ ਨਾਨਕ ਨੂੰ ਕਵਿਤਾਵਾਂ ਕਿਸ ਲੇਖਕ ਦੀਆਂ ਹਨ? ਪ੍ਰੋਫੈਸਰ ਪੂਰਨ ਸਿੰਘ। ਫਿਰ ਯਾਦ ਕਰੋ, ਮੋਹਨ ਸਿੰਘ। ਪ੍ਰੋਫੈਸਰ ਮੋਹਨ ਸਿੰਘ। ਸ਼ਾਬਾਸ਼। ਇਹ ਨਿੱਕੇ ਨਿੱਕੇ ਭੁਲੇਖੇ ਨਹੀਂ ਖਾ ਜਾਣੇ ਬੁੱਤ, ਨਿੱਕੀਆਂ ਨਿੱਕੀਆਂ। ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਦੇ ਵਿਸ਼ੇ ਬੜੇ ਅਲੱਗ ਤਰ੍ਹਾਂ ਦੇ ਆ, ਅਤੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਦੇ ਨਾਮ ਤੋਂ ਪਤਾ ਲੱਗ ਜਾਣਾ ਚਾਹੀਦਾ ਕਿ ਪ੍ਰੋਫੈਸਰ ਪੂਰਨ ਸਿੰਘ ਹੈ। ਉਹ ਤੁਹਾਨੂੰ ਇਹ ਵੀਡੀਓ ਬਣਾਉਣ ਤੋਂ ਬਾਅਦ 'ਚ ਦੱਸਦਾ ਤੁਹਾਨੂੰ ਕਿ ਮਿੰਟਾਂ 'ਚ ਪਤਾ ਲੱਗ ਜਾਏਗਾ ਕਿ ਇਹ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਹੈ। ਮਤਲਬ ਪੰਜਾਬੀਅਤ ਜਿਹੜਾ ਆਪਣਾ ਪੁਰਾਣਾ ਵਿਰਸਾ, ਠੀਕ ਹੈ, ਖੇਤੀਬਾੜੀ ਨਾਲ ਸੰਬੰਧਿਤ, ਦਰਿਆਵਾਂ ਨਾਲ ਸੰਬੰਧਿਤ, ਪ੍ਰੋਫੈਸਰ ਪੂਰਨ ਸਿੰਘ ਨੂੰ ਛੇਵਾਂ ਦਰਿਆ ਕਿਹਾ ਜਾਂਦਾ। ਚਲੋ ਆਪਾਂ ਬਾਅਦ 'ਚ ਦੇਖਦੇ ਹਾਂ। ਹਰਵਿੰਦਰ, ਅੱਗੇ ਹੈ, ਜੱਟੀਆਂ ਦਾ ਗੀਤ ਕਵਿਤਾ ਕਿਸ ਲੇਖਕ ਦੀ ਰਚਨਾ ਹੈ? ਪ੍ਰੋਫੈਸਰ ਮੋਹਨ ਸਿੰਘ। ਸ਼ਾਬਾਸ਼ ਪ੍ਰੋਫੈਸਰ ਮੋਹਨ ਸਿੰਘ, ਠੀਕ ਹੈ। ਇਹ ਆਪਣੇ ਅੱਜ ਦੇ ਸਵਾਲ ਸੀ, ਅਗਲੇ ਸਵਾਲ ਆਪਾਂ ਅਗਲੇ ਪੀਰੀਅਡ ਵਿੱਚ ਕਰਾਂਗੇ।
शाबाश, थोड़ा सारे का बहुत बहुत धन्यवाद।